ਅੱਲਾ ਮੇਰੀਆ ਜਿੱਦ ਕਰੀਆ ਤੇ ਮਨ ਫਾਵਾ ਵਾਵਾ ਜ਼ਿਆਦਾ ਕਰਦਾ ਅਲਮ ਫਾਹਦਾ ਵਾਵਾ ਜ਼ਿਆਦਾ ਕਾ ਇਲਨ ਫਾਗਨਾ ਫਾਮਲ ਯਤੀਮ ਫਲਾ ਤਕ ਹਰ ਵਾਮਾ ਸਾਇਲ ਫਲਾ ਤਨ ਹਰ ਵਾਮਾ ਮੇਰੇ ਮਤੀ ਰੱਬੇ ਤਫਾਹਦਿਸ ਆਇਤ ਮੈਂ ਪੜ੍ਹੀ ਹੈ ਸੂਰਾ ਬਤੁਹਾ ਸ਼ਰੀਫ ਦੀ ਅੱਲਾ ਫਰਮਾਉਂਦਾ ਹੈ ਮੁਹੰਮਦ ਮੁਹੰਮਦ ਜਬ ਤੂੰ ਯਤੀਮ ਥਾ ਤੋ ਮੈਨੇ ਤੁਝੇ ਗੋਦ ਦੀ ਤੋ ਫਿਰ ਤੁਝੇ ਮਾਲਦਾਰ ਕਰ ਦਿਆ ਗਨੀ ਕਰ ਦਿਆ ਹੁਣ ਸਾਰਿਆਂ ਰਲ ਕੇ ਸੋਚਣੇ ਨਬੀ ਪਾਕ ਨੂੰ ਗੋਦ ਕਿਹੜੀ ਮਿਲੀ ਹੈ ਤੇ ਮਾਲ ਕਿਹੜਾ ਮਿਲਿਆ ਗੋਦ ਮਿਲੀ ਹੈ ਸਰਕਾਰੀ ਅਬੂ ਤਾਲਬ ਸਰਕਾਰ ਦੀ ਤੇ ਮਾਲ ਮਿਲਿਆ ਸੈਯਦਾ ਖਦੀਜਤੁਲ ਕੁਬਰਾ ਦਾ ਤੇ ਰਵਾਇਤ ਮੈਂ ਪੇਸ਼ ਕਰ ਰਿਹਾ ਮੋਤਬਰ ਸਿੱਦੀਕ ਅਕਬਰ ਦੀ ਉਹ ਮੈਂ ਫਰਮਾਉਂਦੇ ਨੇ ਕਿ ਮੁਲਕ ਵਿੱਚ ਪੈ ਗਿਆ ਕਹਿਤ ਤੇ ਨਬੀ ਅਲੈਹਿ ਸਲਾਤੁ ਵਸਲਾਮ ਦੇ ਚਿਹਰੇ ਦੇ ਉੱਤੇ ਆਪਦੇ ਚਿਹਰੇ ਦੇ ਉੱਤੇ ਨਾ ਪਰੇਸ਼ਾਨੀ ਆਈ ਬੱਚਿਆਂ ਨੂੰ ਵੇਖ ਕੇ ਭੁੱਖਿਆਂ ਪਿਆਸਿਆਂ ਨੂੰ ਨਬੀ ਅਲੈਹਿ ਸਲਾਮ ਆਪਣੇ ਘਰ ਵਿੱਚ ਆਏ ਤੇ ਸੈਯਦਾਂ ਨੇ ਵੇਖਿਆ ਇਮਾਮ ਉਲ ਸੈਯਦ ਨੂੰ ਸੈਯਦਾਂ ਦੇ ਇਮਾਮ ਨੂੰ ਵੇਖਿਆ ਸੈਯਦਾ ਤੇ ਸਾ ਸੈਯਦਾ ਖਦੀਜਤੁਲ ਕੁਬਰਾ ਆਪ ਨੇ ਅਰਜ਼ ਕੀਤੀ ਯਾ ਤਾਜਦਾਰ ਅੰਬੀਆ ਮੇਰੇ ਤਾਜਦਾਰ ਚਿਹਰੇ ਤੋਂ ਤੇ ਪਰੇਸ਼ਾਨੀ ਕਿਉਂ ਹੈ ਨਬੀ ਅਲੈਹਿ ਸਲਾਮ ਨੇ ਫਰਮਾਇਆ ਮੈਂ ਵੇਖ ਕੇ ਆਇਆ ਬੱਚੇ ਭੁੱਖੇ ਪਿਆਸੇ ਤੇ ਮੈਂ ਰਹਿਮਤ ਲਿਲ ਆਲਮੀਨ ਹਾਂ ਸੈਯਦਾ ਨੇ ਆਖਿਆ ਫਿਕਰ ਹੀ ਕਰਦਾ ਤੇਰੇ ਜੋੜਿਆਂ ਤੋਂ ਹਰ ਸ਼ੈ ਸਦਕੇ ਕਰ ਦੂੰ ਆਸ਼ਮੀ ਵਿਹੜੇ ਵਿੱਚ ਸੈਯਦਾ ਨੇ ਪੇਕਿਆਂ ਦਾ ਸਾਰਾ ਮਾਲ ਢੇਰ ਕਰ ਦਿੱਤਾ ਏਡਾ ਢੇਰ ਉੱਚਾ ਲੱਗ ਗਿਆ ਉੱਧਰ ਹਜ਼ੂਰ ਅਲੈਹਿ ਸਲਾਤੁ ਵਸਲਾਮ ਦੀ ਕੁਰਸੀ ਵਿੱਚ ਢੇਰ ਦੌਲਤ ਦਾ ਇੱਧਰ ਪਾਕ ਸੈਯਦਾ ਢੇਰ ਏਡਾ ਉੱਚਾ ਸੀ ਤੁਸੀਂ ਜਹਾਜ਼ ਨਾਲ ਵੇਖੋ ਜਹਾਜ਼ ਨਾਲ ਉੱਚਾ ਸੀ ਜਹਾਜ਼ ਬਹੁਤ ਨੀਵਾਂ ਇਹ ਉਹ ਨਾਲੇ ਜਹਾਜ਼ ਜਿਹਨੂੰ ਆਉਂਦੇ ਨੇ ਵੀ ਉਹ ਨਹੀਂ ਜਹਾਜ਼ ਹੈ ਤੁਸੀਂ ਮੇਰਾ ਫਿਕਰਾ ਸੁਣੋ ਆਲੇ ਮੁਹੰਮਦ ਦਾ ਜ਼ਿਕਰ ਦਾ ਕਹਿੰਦੇ ਨਾ ਕੋਈ ਜਹਾਜ਼ ਨੂੰ ਉੱਥੇ ਲੈ ਲਓ ਜੀ ਕਿਉਂਕਿ ਸੋਹਰੇ ਮੈਂ ਜ਼ਿਕਰੋਂ ਸ਼ੁਰੂ ਕੀਤਾ ਕਿ ਜਿਹੜਾ ਜਹਾਜ਼ਾਂ ਨਾਲ ਉਹਨਾਂ ਦਾ ਕੰਮ ਹੈ ਇਹਦਾ ਸ਼ੋਰ ਨਾ ਪਾਓ ਵਿੱਚ ਕਿਉਂਕਿ ਮੇਰੀ ਬਾਤ ਜੇਨਾ ਚਾਹੁੰਦੇ ਏਡਾ ਢੇਰ ਉੱਚਾ ਤੇ ਵਿੱਚ ਦੂਸਰੀ ਸਾਈਡ ਦੇ ਉੱਤੇ ਊਠ ਖੜਾ ਹੋਇਆ ਨਹੀਂ ਸੀ ਦਿਸਦਾ ਤੇ ਸੈਯਦਾਂ ਨੇ ਫਰਮਾਇਆ ਜੋ ਮੇਰੇ ਔਰ ਮੇਰੇ ਤਾਜਦਾਰ ਕੇ ਦਰਮਿਆਨ ਹਜਾਬ ਹੈ ਇਸਕੋ ਲੂਟ ਲੋ
ਸੈਯਦਾਂ ਨੇ ਫਰਮਾਇਆ ਕਿ ਪਿਛਲੇ ਕਰਜ਼ੇ ਮਾਫ ਕਰਨੀ ਆ, ਅੱਗੋਂ ਸਦਕਾ ਮੁਸਤਫਾ ਦਾ ਦੇਣੀ ਆ, ਪਰ ਇੱਕ ਸ਼ਰਤ ਤੇ ਮੇਰੇ ਤਾਜਦਾਰ ਦਾ ਕਲਮਾ ਪੜੀ ਜਾਓ ਤੇ ਝੋਲੀਆਂ ਭਰਦੇ ਜਾਓ। ਮੇਰਾ ਦਿਲ ਹੈ ਜ਼ਰਾ ਤਾਰੀਖ ਕੀ ਜਾਨਿਬ ਨਿਕਲਤੇ ਹੈ, ਮੇਰਾ ਦਿਲ ਹੈ ਜ਼ਰਾ ਤਾਰੀਖ ਕੀ ਜਾਨਿਬ ਨਿਕਲਤੇ ਹੈ, ਦੇਤਾ ਹੈ ਮਰਾਨ ਸਭੀ ਕੋ ਬਦਰ ਸੇ ਲੈ ਕੇ ਜਹਾਦ ਏ ਕਰਬਲਾ ਤੱਕ ਦੇਖ ਲੋ, ਬਦਰ ਸੇ ਲੈ ਕੇ ਜਹਾਦ ਏ ਕਰਬਲਾ ਤੱਕ ਦੇਖ ਲੋ, ਖੂਨ ਜਿਤਨਾ ਵੀ ਬਹਾ ਹੱਕ ਪਰ ਅਬੂ ਤਾਲਿਬ ਕਾ ਹੈ। ਆਇਆ ਏ ਤਤਹੀਰ ਵਾਲੇ ਗੋਦ ਮੇ ਜਿਸ ਕੀ ਪਲੇ, ਇਤਨਾ ਪਾਕੀਜ਼ਾ ਫਕਤ ਪੈਗੰਬਰ ਅਬੂ ਤਾਲਿਬ ਕਾ ਹੈ।
सामने जिसके अली, सामने जिसके अली भी सर उठाते ही नहीं, तो जहां में इतना ऊंचा सर अबू तालिब का है। والد مرتضی ناصر مصطفی، ہر مسلمان پر جس کا احسان ہے، جس کا کلمہ پڑا تو مسلمان بنے، جس کا کلمہ پڑا تو مسلمان بنے، اس خدا کے نبی کا نگہبان ہے۔ دیتا ہے عمران سبھی کو، رضی فکرا میرے رب کے سننا نظر اللہ نظر کا، ਗੋਦਾ ਤੇ ਮਾਲ ਦਾ ਜ਼ਿਕਰ ਸ਼ੁਰੂ ਕੀਤਾ, ਗੋਦਾ ਤੇ ਮਾਲ ਦਾ ਦੇਤਾ ਹੈ ਇਮਾਨ ਸਭੀ ਕੋ ਸਦਕਾ ਕਮਲੀ ਵਾਲੇ ਕਾ। ਸਹਾਰਾ ਕੀ ਮਾਂ ਖਰਚਾ ਕਰੇ ਤੋ, ਸਹਾਰਾ ਕੀ ਮਾਂ ਖਰਚਾ ਕਰੇ ਤੋ, ਚਰਚਾ ਕਮਲੀ ਵਾਲੇ ਇਸ਼ਾਰਾ ਮੈਂ ਕਰਨਾ ਪਹੁੰਚਣਾ ਤੁਸਾਂ ਥਾ ਇਮਰਾਨ ਕਾ ਬੇਟਾ ਹਰ ਜਾ ਥਾ ਇਮਰਾਨ ਕਾ ਬੇਟਾ ਹਰ ਜਾ ਬਾਬਾ ਬੜੀ ਥੋੜੀ ਪੀ ਆਉਂਦੀ ਹੋਰ ਸਮਝ ਨਹੀਂ ਪੀ ਆਉਂਦੀ ਬਾਬਾ ਦੀ ਚੰਗੀ ਭਰ ਕੇ ਆਖੋ ਪਤਾ ਲੱਗੇ ਕਿ
ਨੂੰ ਸਮਝ ਆ ਗਈ। ਥਾਈ ਮਰਾਨ ਕਾ ਬੇਟਾ ਹਰ ਜਾ ਸਾਇਆ ਕਮਲੀ ਵਾਲੇ ਤਾਂ ਇਸਕੋ ਅਬ ਤਰ ਕਹਿਣੇ ਵਾਲੀ ਇਸਕੋ ਅਬ ਤਰ ਕਹਿਣੇ ਵਾਲੇ ਸਾਰੇ ਅਬ ਤਰ ਠਹਿਰੇ ਹੈ ਫਿਕਰਾ ਬੜਾ ਕਾਬਲੇ ਗੌਰ ਹੈ। ਇਸਕੋ ਅਬਤਰ ਕਹਿਣੇ ਵਾਲੇ ਸਾਰੇ ਅਬਤਰ ਠਹਿਰੇ ਹੈ। ਲੋ ਜੀ ਫਿਕਰਾ ਜਰਾ ਮੇਰਾ ਗੌਰ ਨਾ ਸੁਣ ਲਓ। ਇਸਕੋ ਅਬਤਰ ਕਹਿਣੇ ਵਾਲੇ ਸਾਰੇ ਅਬਤਰ ਠਹਿਰੇ ਹੈ। ਹੁਣ ਵੇਖੋ ਜਰਾ ਹਜ਼ੂਰ ਮੈਦਾਨ ਇਸਕੋ ਅਬਤਰ ਕਹਿਣੇ ਵਾਲੇ ਸਾਰੇ ਅਬਤਰ ਠਹਿਰੇ ਮੈਂ ਮਸੀਹ ਸਿੱਖ ਰਿਹਾ ਹੈ ਗਰਚੇ ਹੈ ਨਮਾਜ਼ੀ ਫਿਰ ਸਿੱਖ ਰਿਹਾ ਹੈ ਮਹਦੀ ਕੀ ਇਮਾਮਤ ਮੈਂ ਪੜ੍ਹੀ ਜਾਏਗੀ ਜੈਸੇ ਕਈ ਸਦੀਓ ਸੇ ਇਨਸਾ ਯਹੀ ਸਿੱਖ ਰਿਹਾ ਹੈ ਹਜ਼ਰਤ ਈਸਾ ਕੋ ਮੇਰੇ ਮੌਲਾ ਪੜ੍ਹਾਏਗੇ ਨਮਾਜ਼ ਹਜ਼ਰਤ ਈਸਾ ਕੋ ਮੇਰੇ ਮੌਲਾ ਪੜ੍ਹਾਏਗੇ ਨਮਾਜ਼ ਦੋ ਕਦਮ ਆਗੇ ਦੋ ਕਦਮ ਆਗੇ ਨਬੂਵਤ ਸੇ ਇਮਾਮਤ ਹੋਗੀ ਕਰੇ ਤੋ